ਸਾਥੀਓ ਤਬੀਅਤ ਇੱਕ ਹਫਤੇ ਤੋਂ ਬੜੀ ਨਾਸਾਜੀ ਹੈ ਢਿੱਲੀ ਹੈ ਜਿਹਦੇ ਕਰਕੇ ਮੈਂ ਆਪਣੀ ਗੱਲ ਰੱਖ ਨਹੀਂ ਸਕਿਆ ਇਹ ਨਾਲੇ ਮਸਲੇ ਦੇ ਉੱਤੇ ਅੱਜ ਜਿਹੜੀ ਮੈਂ ਆਪਣੀ ਗੱਲ ਰੱਖਣ ਲੱਗਾ ਉਸ ਮਸਲੇ ਦੇ ਉੱਤੇ ਔਰ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਮੈਂ ਹਰਦੇਵਾਲ ਸਾਗਰ ਜੀ ਦੀਆਂ ਪੰਕਤੀਆਂ ਨੇ ਜਦੋਂ ਤੋਂ ਸ਼ੁਰੂ ਕਰਨ ਲੱਗਾ ਕਿੰਨੇ ਮਸਲੇ ਉਲਝਦੇ ਜਿਉਂ-ਜਿਉ ਉਹ ਤਿਉ ਤਿਉ ਮੁਸਕਰਾਂਦੀ ਹੈ ਸਿਆਸਤ ਮਸਲਿਆਂ ਦੇ ਸਿਰ ਤੇ ਹੀ ਸੱਤਾ ਜਾਂਦੀ ਹੈ ਤਮਾਕੂ ਲੋਕਤੰਤਰ ਹੈ ਤੇ ਸੰਸਦ ਹੈ ਚਲੰਬਰਗੀ ਵਤਨ ਹੈ ਸੁਲਗਦਾ ਹੁੱਕਾ ਤੇ ਸਿਆਸਤ ਗੁੜਗੜਾਂਦੀ ਹੈ ਇੱਕ ਨਿੱਜੀ ਮਸਲਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਜਿਹਦੇ ਕਰਕੇ ਸਾਰਾ ਇਹ ਘਟਨਾਕਰਮ ਵਾਪਰਿਆ ਔਰ ਪਹਿਲਾਂ ਤਾਂ ਮੈਂ ਆਪਣੀ ਗੱਲ 'ਚ ਇਹ ਕਹਿਣ ਲੱਗਾ ਕਿ ਜੇ ਪਰਚਾ ਗਲਤ ਸੀਗਾ ਤੇ ਫਿਰ ਪੁਲਿਸ ਨੂੰ ਬਿਨਾ ਇਨਵੈਸਟੀਗੇਸ਼ਨ ਤੋਂ ਦੇਣ ਦੀ ਕੀ ਲੋੜ ਸੀਗੀ ਤੇ ਜੇ ਫਿਰ ਠੀਕ ਸੀਗਾ ਤੇ ਫਿਰ ਐਡੀ ਛੇਤੀ ਝੁਕਣ ਤੇ ਐਡੀ ਛੇਤੀ ਡਰਨ ਦੀ ਕੀ ਲੋੜ ਪੈ ਗਈ ਸੀ ਵੀ ਆਪਾਂ ਪਰਚਾ ਰੱਦ ਕਰਨ ਵਾਲੇ ਪਾਸੇ ਵੀ ਤੁਰਪੇ ਔਰ ਸਿਰਫ ਇੱਕ ਸੋਸ਼ਲ ਮੀਡੀਆ ਦੀ ਲੜਾਈ ਕਿੱਥੋਂ ਦੀ ਕਿੱਥੇ ਪਹੁੰਚ ਗਈ ਔਰ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਕੇ ਰੱਖ ਦਿੱਤਾ ਗਿਆ ਔਰ ਜਿੰਨੇ ਜਿੰਨੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਕੱਲੇ-ਕੱਲੇ ਦੀ ਗੱਲ ਰੱਖੂੰਗਾ ਸਭ ਤੋਂ ਪਹਿਲਾਂ ਜਿਹੜਾ ਅੱਗ ਦੇ ਵਿੱਚ ਜਿਹੜਾ ਘਿਉ ਪਾਇਆ ਉਹ ਸਾਰਬਨੀਤ ਸਿੰਘ ਬਿੱਟੂ ਨੇ ਪਾਇਆ ਜਦੋਂ ਪਰਚਾ ਜਾਂਦਾ ਅਮਰਪਾਲ ਦੇ ਉੱਤੇ ਤੇ ਬਿੱਟੂ ਵੱਲੋਂ ਕਸਾਇਆ ਜਾਂਦਾ ਕਿ ਛੋਟੇ ਜਿਹੇ ਪਰਚੇ ਤੋਂ ਛੋਟਾ ਜਿਹਾ ਬੱਚਾ ਡਰ ਗਿਆ ਜਿਹਦੇ ਤੋਂ ਬਾਅਦ ਇਹ ਸਾਰਾ ਘਟਨਾਕਰਮ ਹੁੰਦਾ ਔਰ ਸਭ ਕੁਝ ਹੋਣ ਤੋਂ ਬਾਅਦ ਵੀ ਸਭ ਕੁਝ ਹੋਣ ਦੇ ਬਾਅਦ ਵੀ ਬਿੱਟੂ ਜੀ ਉਹਦੇ ਉਹਦੇ ਤੋਂ ਬਾਅਦ ਨਹੀਂ ਆਏ ਉਹ ਕੱਲ ਫੇਰ ਆਪਣੀ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕਿ ਤੇਰੇ ਕੋਲ ਜੇ 5-5 ਗੋਲੀਆਂ ਵਾਲੀਆਂ ਰਫਲਾਂ ਤੇ ਆ ਮੇਰੇ ਕੋਲ ਤੇ ਜਿੰਨੀਆਂ-ਜਿੰਨੀਆਂ ਗੋਲੀਆਂ ਵਾਲੀਆਂ ਰਫਲਾਂ ਤੈਨੂੰ ਪਤਾ ਵੀ ਨਹੀਂ ਲੱਗਣਾ ਤੇਰੇ ਪੱਲੇ ਹੀ ਕੁਝ ਨਹੀਂ ਹੈਗਾ ਦੂਜਾ ਉਹ ਸਾਰੇ ਸੀਗੇ ਜਿਹੜਾ ਗੁਰਪਤਵੰਤ ਪੰਨੂ ਜਿਹੜਾ ਬਾਹਰ ਬੈਠਾ ਕਿ ਪੰਨੂ ਤੇਰੇ ਪੱਲੇ ਕੁਝ ਨਹੀਂ ਰਹਿ ਗਿਆ ਹੁਣ ਤੇਰੇ ਨਾਲ ਉਹ ਵੀ ਵੱਡਾ ਗੁੰਡਾ ਆ ਗਿਆ ਉਹ ਤੇਰੇ ਨਾਲੋਂ ਅੱਗੇ ਨਿਕਲ ਗਿਆ ਔਰ ਉਹਦੇ ਨਾਲ ਅੱਗੇ ਕੀ ਕਹਿੰਦੇ ਨੇ ਉਹ ਕਿ ਮੈਂ ਲੁਧਿਆਣੇ ਤੋਂ ਤੁਰ ਪਿਆ ਸੀਗਾ ਜਦੋਂ ਇਹ ਨਾਲੇ ਦੇ ਵਿੱਚ ਇਹ ਸਾਰੀ ਘਟਨਾ ਹੋ ਰਹੀ ਸੀਗੀ ਪਰ ਮੈਨੂੰ ਪਤਾ ਲੱਗਾ ਕਿ ਉਹ ਥਾਣੇ ਚੋਂ ਨਿਕਲ ਗਿਆ ਸਾਰੀ ਦੁਨੀਆ ਨੂੰ ਪਤਾ ਕਿ ਉਹ ਅਗਲੇ ਦਿਨ ਤੱਕ ਅਜਨਾਲੇ ਦੇ ਵਿੱਚ ਰਿਹਾ ਔਰ ਆਪਣਾ ਬੰਦਾ ਛੜਾ ਕੇ ਲੈ ਗਿਆ ਸੋ ਰਵਨੀਤ ਬਿੱਟੂ ਜੀ ਫੋਕੇ ਪੈਂਟਰ ਜਿਹੜੇ ਉਹ ਨਾਮ ਆ ਰਿਆ ਕਰੋ ਜੇ ਆਉਣਾ ਹੀ ਸੀਗਾ ਤੇ ਆ ਜਾਂਦੇ ਫਿਰ ਲੁਧਿਆਣੇ ਤੋਂ ਹੀ ਨਾਲੇ ਆਉਂਦੇ ਆ ਕਿਹੜਾ ਵੀਜ਼ਾ ਲੈਣਾ ਪੈਣਾ ਸੀਗਾ ਵੀ ਜਿਹੜਾ ਤੁਹਾਡੇ ਕੋਲ ਆਇਆ ਨਹੀਂ ਗਿਆ ਉਸ ਤੋਂ ਬਾਅਦ ਵੀ ਕਿਤੇ ਆ ਜਾਂਦੇ ਤੁਹਾਡੇ ਕੋਲ 100 100 ਗਨਮੈਨ ਹੈ ਤੇ ਤੁਸੀਂ ਇਹ ਮੁੱਦਾ ਪੜਕਾਉਂਦੇ ਹੋ 100 100 ਗਨਮੈਨ ਲੈ ਕੇ ਤੁਸੀਂ ਆਮ ਜਨਤਾ ਦਾ ਵੀ ਸੋਚਿਆ ਕਰੋ ਨਾ ਕਿ ਲੋਕਾਂ ਦੇ ਹਾਲਾਤ ਕੀ ਹੋ ਜਾਂਦੇ ਨੇ ਲੋਕਾਂ ਦੇ ਵਿੱਚ ਡਰ ਕਿੰਨਾ ਫੈਲ ਜਾਂਦਾ ਲੋਕਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੋ ਜਾਂਦਾ ਔਰ ਦੂਜੀ ਚੀਜ਼ ਮੈਂ ਅਮਰਤਪਾਲ ਨੂੰ ਕਹਿਣਾ ਚਾਹਨਾ ਕਿ ਬਹੁਤ ਛੇਤੀ ਤੇ ਬਿਨਾ ਕੁਰਬਾਨੀ ਤੋਂ ਤੇ ਬਿਨਾ ਜਾਣੇ ਪਛਾਣੇ ਲੋਕਾਂ ਨੇ ਤੈਨੂੰ ਆਪਣਾ ਲੀਡਰ ਮੰਨ ਲਿਆ ਯਾਰ ਸੋ ਮਾਨ ਸਨਮਾਨ ਜਿਹੜਾ ਤੈਨੂੰ ਮਿਲਿਆ ਵਾ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਐ ਇੱਕ ਵੱਡੇ ਆਗੂ ਵਾਂਗੂ ਔਰ ਆਪਣੇ ਮਨ ਦੇ ਵਿੱਚੋਂ ਹੰਕਾਰ ਆਪਣੇ ਮਨ ਚੋਂ ਕੱਢ ਕੇ ਚੱਲ ਤੂੰ ਭਰਾਵਾ ਇਹ ਨਕੀਆਂ ਨਕੀਆਂ ਗੱਲਾਂ ਦੇ ਉੱਤੇ ਐਡੇ ਐਡੇ ਵੱਡੇ ਹਾਦਸੇ ਕਰ ਦੇਣੇ ਸਿੱਖ ਦਾ ਦਿਲ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਵਾ ਛੋਟੀਆਂ ਛੋਟੀਆਂ ਗੱਲਾਂ ਤੋਂ ਉੱਪਰ ਜਿਹੜਾ ਉੱਠ ਕੇ ਉਹ ਚੱਲਣਾ ਚਾਹੀਦਾ ਵਾ ਇਹ ਮੰਨ ਕੇ ਚੱਲੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੱਖਰਾ ਵੱਖਰਾ ਕਰਾਊਡ ਚੱਲਦਾ ਵਾ ਜਿਹਦੇ ਅਨਸਾਰ ਨਹੀਂ ਬੋਲੋਗੇ ਉਹ ਤੁਹਾਨੂੰ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ ਉਹ ਨਹੀਂ ਵੇਖਣਗੇ ਤੁਹਾਡੀ ਮਾਂ ਐ ਅੱਗੇ ਵੇਂਦੀ ਉਹ ਉਹ ਨਹੀਂ ਵੇਖਣਗੇ ਤੁਹਾਡੀ ਭੈਣ ਵੇਂਦੀ ਐ ਉਹਨਾਂ ਦਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਜੋ ਬੋਲਣਾ ਸਾਡੇ ਅਨਸਾਰ ਹੀ ਬੋਲਿਆ ਜਾਵੇ ਔਰ ਦੂਜੀ ਚੀਜ਼ ਇਹ ਵੀ ਤੁਹਾਨੂੰ ਮੰਨਣਾ ਪਊਗਾ ਕਿ ਜੇ ਤੁਹਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੁਸੀਂ ਬਾਰ-ਬਾਰ ਡੈਮੋਕ੍ਰੇਸੀ ਦਾ ਹਵਾਲਾ ਦਿੰਦੇ ਹੋ ਫਿਰ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਸਭੇ ਇੱਕ ਤੌਰ ਦੇ ਉੱਤੇ ਕਿ ਚੰਗੀ ਭਾਸ਼ਾ ਦੇ ਵਿੱਚ ਦੂਜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਣਾ ਅਮਰਤਪਾਲ ਕਿ ਮੈਂ ਤੇਰੇ ਜਿੱਡਾ ਲੀਡਰ ਤੇ ਨਹੀਂ ਮੰਨਦਾ ਭਰਾਵਾ ਆਪਣੇ ਆਪ ਨੂੰ ਪਰਚੇ ਮੇਰੇ ਤੇ ਵੀ ਹੋਏ 7-8 ਕੁਝ ਝੂਠੇ ਵੀ ਹੋਣਗੇ ਕੁਝ ਸੱਚੇ ਵੀ ਹੋਣਗੇ ਪਰ ਮੈਂ ਆਪਣੇ ਨਿੱਜੀ ਫਾਇਦੇ ਲਈ ਨਾ ਤੇ ਕਦੀ ਲੋਕਾਂ ਨੂੰ ਵਰਤਿਆ ਤੇ ਨਾ ਕਦੀ ਧਰਮ ਦਾ ਸਹਾਰਾ ਲਿਆ ਹਾਂ ਮੈਂ ਮੰਦਰ ਵੀ ਗਿਆ ਪਰਚਿਆਂ ਲਈ ਮੈਂ ਗੁਰਦੁਆਰੇ ਵੀ ਗਿਆ ਮੈਂ ਮਸੀਤੇ ਵੀ ਜਾਂਦਾ ਰਿਹਾ ਔਰ ਬਹੁਤ ਦੂਰ-ਦੂਰ ਤੱਕ ਮੈਂ ਹੰਮਰ ਵੀ ਕਰਾ ਕੇ ਆਉਂਦਾ ਰਿਹਾ ਵਾਂ ਆਪ ਚੱਲ ਕੇ ਗਿਆ ਗੁਰੂ ਮਹਾਰਾਜ ਦੇ ਅ ਦਰ ਦੇ ਉੱਤੇ ਨਾ ਕਿ ਰੱਬ ਨੂੰ ਨਾਲ ਚੁੱਕ ਕੇ ਤੁਰਿਆ ਫਿਰਦਾ ਰਿਆਂ ਫਿਰ ਰੱਬ ਨੇ ਮੈਨੂੰ ਕੱਢਿਆ ਵੀ ਉਹਨਾਂ ਪਰਚਿਆਂ ਦੇ ਵਿੱਚੋਂ ਉਹਨਾਂ ਮੁਸੀਬਤਾਂ ਦੇ ਵਿੱਚੋਂ ਦੂਜੀ ਚੀਜ਼ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਰਚਾ ਸਾਡੇ ਉੱਤੇ ਗਲਤ ਹੋਇਆ ਔਰ ਦੂਜੇ ਪਾਸੇ ਤੁਹਾਡੇ ਚ ਹੰਕਾਰ ਕਿੰਨਾ ਬੋਲਦਾ ਜਿਹਦੇ ਤੁਸੀਂ ਆਪ ਹੀ ਮੰਨ ਰਹੇ ਹੋ ਤੁਸੀਂ ਦੂਜੇ ਪਾਸੇ ਇਹ ਕਹਿ ਰਹੇ ਹੋ ਕਿ ਜਿਹੜਾ ਸਾਡੇ ਖਿਲਾਫ ਬੋਲੂਗਾ ਅਸੀਂ ਉਹਨੂੰ ਛੱਡਣਾ ਨਹੀਂ ਫਿਰ ਇਹਨੂੰ ਕਿਵੇਂ ਛੱਡ ਦਿੱਤਾ ਫਿਰ ਇਹ ਪਰਚਾ ਤੇ ਕੋਈ ਸੱਚਾ ਹੀ ਹੋਇਆ ਹੋਊਗਾ ਨਾ ਚਲੋ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਆਜੂਗਾ ਪਤਾ ਨਹੀਂ ਪੁਲਿਸ ਦਬਾਅ ਚ ਕੈਨਸਲ ਕਰਦੀ ਆ ਜਾਂ ਕੀ ਕਰਦੀ ਆ ਦੂਜੀ ਗੱਲ ਤੁਸੀਂ ਕੌਮ ਦੇ ਆਗੂ ਬਣੇ ਸੀਗੇ 30 30 ਸਾਲ ਤੋਂ ਜਿਹੜੇ ਬੰਦੀ ਸਿੰਘ ਬੰਦਿਆ ਉਹਨਾਂ ਦੀ ਰਿਹਾਈ ਜ਼ਿਆਦਾ ਜ਼ਰੂਰੀ ਸੀ ਮਾਰਚ ਕੱਢ ਕੇ ਕਿ ਜਿਹੜਾ ਬੰਦਾ 3 ਦਿਨ ਤੋਂ ਮਹਿਜ 3 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਉਹਦੀ ਰਿਹਾਈ ਜਿਹੜੀ ਜ਼ਿਆਦਾ ਜ਼ਰੂਰੀ ਸੀ ਤੁਸੀਂ ਜੇ ਸੱਚ ਚ ਕੌਮ ਦੇ ਆਗੂ ਹੋ ਤੇ ਫਿਰ ਬਹੁਤ ਸਾਰੇ ਮੁੱਦੇ ਨੇ ਕੌਮ ਕੋਲ ਬੇਦਬੀ 328 ਰੂਪ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਐਸਜੀਪੀਸੀ ਨੂੰ ਰਿਹਾ ਕਰਾਉਣ ਦਾ ਮੁੱਦਾ ਬਾਣੀ ਨੂੰ ਰਿਹਾ ਕਰਾਉਣ ਦਾ ਮੁੱਦਾ ਇਹਨਾਂ ਸਭ ਲਈ ਤੁਸੀਂ ਲੜਦੇ ਤੇ ਕੌਮ ਤੁਹਾਨੂੰ ਜਿਹੜਾ ਪ੍ਰਮਾਨਤ ਲੀਡਰ ਵੀ ਗਿਣਦੀ ਆਪਣੇ ਨਿੱਜੀ ਮਫਾਦਾਂ ਲਈ ਤੇ ਲੜਨਾ ਹੀ ਨਹੀਂ ਚਾਹੀਦਾ ਫਿਰ ਆਪਾਂ ਸਾਰੇ ਸਿੱਖਾਂ ਨੂੰ ਮੈਂ ਕੱਲੀ-ਕੱਲੀ ਗੱਲ ਤੇਰੇ ਨਾਲ ਵੀ ਕਰਨ ਲੱਗਾ ਭਰਾਵਾ ਫਿਰ ਆਪਾਂ ਸਾਰੇ ਸਿੱਖਾਂ ਨੂੰ ਕਿਹਾ ਕਿ ਆਪਣੇ ਕੋਲ ਹਥਿਆਰ ਰੱਖੋ ਲੋਕਾਂ ਨੇ ਤੇਰੇ ਕਹਿਣ ਤੋਂ ਬਾਅਦ ਆਪ ਪੰਜਾਬ ਦੇ ਵਿੱਚ ਹਥਿਆਰ ਰੱਖਣੇ ਸ਼ੁਰੂ ਕੀਤੇ ਸੋਸ਼ਲ ਸਾਈਟਸ ਦੇ ਉੱਤੇ ਲੋਕਾਂ ਨੇ ਫੋਟੋਆਂ ਪਾਈਆਂ ਤੇਰੇ ਹਥਿਆਰ ਰੱਖਣ ਤੇ ਲਹਿਰਾਉਣ ਕਰਕੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਵੀ ਹਥਿਆਰ ਲਹਿਰਾਉਣ ਦੇ ਉੱਤੇ ਪਰਚਾ ਦਿੱਤਾ ਜਾਊਗਾ ਔਰ ਉਸ ਨਵੇਂ ਕਾਨੂੰਨ ਦੇ ਤਹਿਤ 3-400 ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿੱਚ ਬੱਚੇ ਵੀ ਨਹੀਂ ਬਖਸ਼ੇ ਤੇ ਜਨਾਨੀਆਂ ਵੀ ਨਹੀਂ ਬਖਸ਼ੀਆਂ ਉਹਨਾਂ ਦੇ ਪਰਚੇ ਰੱਦ ਕਰਾਉਣ ਲਈ ਜਿਹੜੇ ਤੇਰੇ ਕਰਕੇ ਹੋਏ ਸੀਗੇ ਆਪਾਂ ਉਹਨਾਂ ਲਈ ਤੇ ਕੋਈ ਰੋਸ ਮਜਾਰਾ ਨਹੀਂ ਕੀਤਾ ਉਹ ਜਿਹੜੇ ਤੇਰੇ ਮਗਰ ਲੱਗੇ ਅੱਜ ਪਰਚਿਆਂ ਚੁਲਜੇ ਫਿਰਦੇ ਨੇ ਉਹ ਤੋਂ ਅੱਗੇ ਆਜੋ ਸੰਦੀਪ ਸੰਨੀ ਜਿਨ੍ਹਾਂ ਦੇ ਤੇਰੇ ਭਾਸ਼ਨਾ ਤੋਂ ਪ੍ਰੇਰਿਤ ਹੋ ਕੇ ਜਿੱਚ ਕਹਿੰਦਾ ਸੀ ਸੋਧ ਦਿਓ ਫੜ ਲਓ ਵੇਖਣਾ ਨਹੀਂ ਉਥੇ ਵੇਟ ਥੋੜੀ ਕਰਨੀ ਆ ਉਹਨੇ ਨੇ ਸੂਰੀ ਨੂੰ ਮਾਰਿਆ ਉਸ ਸੰਦੀਪ ਸੰਨੀ ਦੀ ਵੀ ਉਸ ਦਰਾਨ ਆਪਣੀ ਦੁਕਾਨ ਸਾੜੀ ਗਈ ਔਰ ਬੜੀ ਦੁਨੀਆ ਨੇ ਡਿਮਾਂਡ ਕੀਤੀ ਕਿ ਜੇ ਉਹਨੇ ਮਾਰਿਆ ਤੇ ਉਹਦੇ ਉੱਤੇ ਪਰਚਾ ਹੋ ਗਿਆ ਜਿਨ੍ਹਾਂ ਲੋਕਾਂ ਨੇ ਦੀ ਦੁਕਾਨ ਸਾੜੀ ਆ ਉਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਵਾ ਤੇ ਆਪਾ ਤੇ ਸੰਦੀਪ ਸੰਨੀ ਲਈ ਵੀ ਕੋਈ ਧਰਨਾ ਨਹੀਂ ਦਿੱਤਾ ਤੇ ਕੋਈ ਪ੍ਰਾਲਾ ਨਹੀਂ ਕੀਤਾ ਤੇ ਕੋਈ ਆਵਾਜ਼ ਨਹੀਂ ਚੁੱਕੀ ਤੇ ਕੋਈ ਬਾਤ ਨਹੀਂ ਪੁੱਛੀ ਆਪਾਂ ਗੱਲ ਗੱਲ ਤੇ ਖਾਲਿਸਤਾਨ ਕਰਦੇ ਰਹੇ ਨੇ ਖਾਲਿਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਵੱਖਰੀ ਹਕੂਮਤ ਚਾਹੀਦੀ ਆ ਮੈਂ ਪੁੱਛਣਾ ਚਾਹੁੰਨਾ ਭਰਾਵਾ ਤੈਨੂੰ ਖਾਲਿਸਤਾਨ ਬਣਾਉਣਾ ਕਿੱਥੇ ਆ ਖਾਲਿਸਤਾਨ ਹੋਣਾ ਕਿੱਡਾ ਕੈ ਕਿ 2 ਘੰਟੇ ਆ ਨੂੰ ਤੁਰਪੋ 2 ਘੰਟੇ ਆ ਨੂੰ ਤੁਰਪੋ ਉਧਰੋਂ ਤੇ ਖਾਲਿਸਤਾਨ ਤੁਹਾਡਾ ਖਤਮ ਐਡਾ ਕ ਖਾਲਿਸਤਾਨ ਹੋਊਗਾ ਸਾਡਾ ਆ ਖਾਲਸਤਾਨ ਹੋਊਗਾ ਸਾਡਾ ਇੰਨੀ ਕੁ ਮਤਲਬ ਉਹਦਾ ਜਿਹੜਾ ਏਰੀਆ ਹੋਊਗਾ ਅੰਮ੍ਰਿਤ ਸੰਚਾਰ ਤੁਸੀਂ ਕਰਾਉਂਦੇ ਹੋ ਵਧੀਆ ਨਸ਼ਾ ਛਡਾਉ ਤੁਸੀਂ ਮਿਹਨਤ ਲਾਈਓ ਵਧੀਆ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁਹਾਡੀ ਮਿਹਨਤੋਂ ਨਸ਼ਾ ਛੱਡਣਾ ਤੇ ਕਿੰਨਿਆਂ ਨੇ ਅੰਮ੍ਰਿਤ ਛੱਕੇ ਜਿਹੜਾ ਉਹ ਨਿਭਾਉਣਾ ਵਾ ਇਹ ਸਮਾਂ ਦੱਸੂਗਾ ਮੈਂ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਆਪਾਂ ਗੱਲ ਗੱਲ ਦੇ ਉੱਤੇ ਆਪਾਂ ਚੀਜ਼ਾਂ ਦਾ ਨਤਾਰਾ ਤੇ ਕਰੀਏ ਉਹਦੇ ਰਿਜ਼ਲਟ ਕੀ ਆ ਰਹੇ ਨੇ ਯਾਰ ਆਪਾਂ ਮੇ ਤੁਸ਼ਾ ਨੂੰ ਮੋਦੀ ਨੂੰ ਗਾਲਾਂ ਕੱਢੀ ਜਾਂਦੇ ਆ ਸਿਰਫ ਇਹ ਸਾਬਤ ਕਰਨ ਲਈ ਕਿ ਮੈਂ ਏਜੰਸੀਆਂ ਦਾ ਤੇ ਕੇਂਦਰ ਦਾ ਬੰਦਾ ਨਹੀਂ ਹੈਗਾ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਇੰਨਾ ਗਾਲਾਂ ਦਾ ਗੁੱਸਾ ਉਹ ਪੰਜਾਬ ਦੇ ਉੱਤੇ ਕੱਢਦੇ ਨੇ ਦੂਜੀ ਚੀਜ਼ ਮੈਂ ਨਹੀਂ ਤੈਨੂੰ ਕਹਿੰਦਾ ਕਿ ਤੂੰ ਏਜੰਸੀਆਂ ਦਾ ਬੰਦਾ ਵਾਂ ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੰਨੀ ਕਿ ਮੇਰੀ ਉਮਰ ਤੇ ਇੰਨਾ ਕਿ ਮੇਰਾ ਤਜਰਬਾ ਹੋ ਗਿਆ ਵਾ ਕਿ ਏਜੰਸੀਆਂ ਜਿਹਨੂੰ ਵਰਤਣਾ ਹੁੰਦਾ ਨਾ ਕਦੀ ਉਹਦੇ ਨਾਲ ਮੀਟਿੰਗਾਂ ਨਹੀਂ ਕਰਦੀਆਂ ਬਲਕਿ ਉਹ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰਦੀਆਂ ਔਰ ਮਾਈਂਡ ਹੀ ਬੰਦੇ ਦਾ ਇਹੋ ਜਿਹਾ ਸੈੱਟ ਕਰਦੀਆਂ ਵਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਦੋਂ ਏਜੰਸੀਆਂ ਕੋਲ ਵਰਤਿਆ ਗਿਆ ਵਾ ਕਦੋਂ ਉਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਕਿ 2024 ਚੋਣਾਂ ਤੱਕ ਤਿੰਨੋਂ ਏਜੰਸੀਆਂ ਨੇ ਪੀਕ ਦੇ ਉੱਤੇ ਚੜਾਉਣਾ, ਟੀਸੀ ਦੇ ਉੱਤੇ ਖੰਡ ਗਏ ਔਰ ਚੋਣਾਂ ਤੋਂ ਪਹਿਲਾਂ-ਪਹਿਲਾਂ ਤੇਰੇ ਤੇ ਕਾਰਵਾਈ ਕਰਕੇ ਨਾ ਜਿੱਦਾਂ ਉਹਨਾਂ ਪਲਵਾਮਾ ਵਾਲਾ ਕਾਂਡ ਹੋਇਆ ਸੀਗਾ ਉਹਦੇ ਉਹਦੇ ਸਿਰ ਤੇ ਦੇਸ਼ ਜਿੱਤ ਲਿਆ ਸੀਗਾ ਇਸੇ ਤਰੀਕੇ ਉਹ ਪੂਰਾ ਦੇਸ਼ ਜਿੱਤਣਗੇ ਅਮਰਤਪਾਲ ਖੁਦ ਸੋਚ ਯਾਰ ਰੱਬ ਤੈਨੂੰ ਕਿਤੇ ਸਮੱਤ ਬਖਸ਼ੇ ਜਿਸ ਦਿਨ 2 ਦਿਨ ਦਾ ਸਮਿਟ ਇਨਵੈਸਟਮੈਂਟ ਸੀਗਾ ਪੰਜਾਬ ਦੇ ਵਿੱਚ ਉਹ 2 ਦਿਨ ਦੁਨੀਆ ਦੇ ਵੱਡੇ ਵੱਡੇ ਵਪਾਰੀ ਭਾਰਤ ਦੇ ਵਿੱਚੋਂ ਇੱਥੇ ਆਏ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਇਨਵੈਸਟ ਕਰਨ ਦਾ ਸੋਚਣਾ ਸੀਗਾ ਕੱਲੀ ਤੇਰੀ ਘਟਨਾ ਨਹੀਂ ਹੋਈ ਉਸ ਦਿਨ ਉਸ ਦਿਨ 2 ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਜਦੋਂ ਸਾਰੇ ਵਪਾਰੀ ਪੰਜਾਬ ਦੇ ਵਿੱਚ ਸੀਗਾ ਇੱਕ ਅਜਨਾਲੇ ਵਾਲੀ ਜਿਹੜੀ ਤੂੰ ਕੀਤੀ ਦੂਜੀ ਗਵਰਨਰ ਦੀ ਸਟੇਟਮੈਂਟ ਆਉਂਦੀ ਆ ਰਿਫਿਊਜ਼ ਕਰ ਦਿੰਦਾ ਬਜਟ ਸੈਸ਼ਨ ਨੂੰ ਵੀ ਮੈਂ ਬਜਟ ਸੈਸ਼ਨ ਹੀ ਨਹੀਂ ਬੁਲਾਉਣ ਦੇਣਾ ਕੀ ਉਹਨਾਂ ਵਪਾਰੀਆਂ ਦੇ ਮਨ ਦੇ ਉੱਤੇ ਬੀਤੀ ਹੋਊਗੀ ਤੇਰੀ ਘਟਨਾ ਦੇ ਨਾਲ ਸਿਕਿਉਰਿਟੀ ਕਰਕੇ ਤੇ ਉਧਰ ਫਾਈਨੈਂਸ਼ੀਅਲ ਸਿਕਿਉਰਿਟੀ ਕਰਕੇ ਆ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਹੋਊਗਾ ਤੇ ਕੀ ਸਵਾਦ ਏਖੇ ਯਾਰੋ ਪੰਜਾਬ ਦੇ ਵਿੱਚ ਪੈਸੇ ਲਾਉਣਗੇ ਇਹਨਾਂ ਦੋਵਾਂ ਘਟਨਾਵਾਂ ਨੂੰ ਅੱਗੇ ਜਾ ਕੇ ਵੀ ਸੋਚ ਨੈਸ਼ਨਲ মিডিਆ ਨੇ ਜਿਸ ਤਰੀਕੇ ਦਿਖਾਇਆ ਕਿ ਥਾਣੇ ਦੇ ਉੱਤੇ ਖਾਲਸਤਾਨੀਆਂ ਦਾ ਕਬਜ਼ਾ ਥਾਣੇ ਦੇ ਉੱਤੇ ਖਾਲਸਤਾਨੀਆਂ ਦਾ ਕਬਜ਼ਾ ਅਜੇ ਤੱਕ ਇਹ ਨਹੀਂ ਸਮਝ ਆਈ ਵੀ ਉਹ ਕਿਦੇ ਕਹਿਣ ਦੇ ਉੱਤੇ ਵਿਖਾਇਆ ਗਿਆ ਕੌਣ ਉਹਨਾਂ ਦੇ ਪਿੱਛੇ ਸੀਗਾ ਅਜੇ ਵੀ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਆ ਔਰ ਅਸੀਂ ਪੰਜਾਬੀ ਸਾਰੇ ਸਮੇਤ ਤੇਰੇ ਮਿਲ ਕੇ ਉਹਦੇ ਵਿੱਚ ਯੋਗਦਾਨ ਪਾ ਰਹੇ ਆ ਵੀ ਭਰਾਵਾ ਸਾਨੂੰ ਹੀ ਵਰਤ ਲੋ ਅਸੀਂ ਅਸੀਂ ਤੁਹਾਡੇ ਆਖੇ ਪੰਜਾਬ ਤਬਾਹ ਕਰ ਦਿੰਨੇ ਆ ਤੇ ਜਦੋਂ ਵੀ ਇੱਕ ਚੀਜ਼ ਤੇ ਹੋਰ ਧਿਆਨ ਦਿਓ ਤੁਸੀਂ ਸਾਰੇ ਹੀ ਪੰਜਾਬ ਵਾਸੀ ਕਿ ਜਦੋਂ ਵੀ ਕੋਈ ਘਟਨਾ ਇਹੋ ਜੀ ਵੱਡੀ ਵਾਪਰਦੀ ਆ ਜਦੋਂ ਵੀ ਕਿਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੱਚੇ ਹੋਣ ਲਈ ਪ੍ਰਾਈਮ ਮਿਨਿਸਟਰ ਜਾਂ ਗ੍ਰਹਿ ਮੰਤਰੀ ਕਿਸੇ ਨਾ ਕਿਸੇ ਗੁਰਦੁਆਰੇ ਦੇ ਵਿੱਚ ਚਲੇ ਜਾਂਦੇ ਆ ਆਪਣਾ ਪੰਜਾਬ ਦੇ ਪ੍ਰਤੀ ਸੱਚੀ ਨਿਸ਼ਠਾ ਤੇ ਸੱਚੀ ਜਿਹੜੀ ਸ਼ਰਧਾ ਵਿਖਾਉਣ ਲਈ ਕੱਲ ਉਹ ਪਟਨਾ ਸਾਹਿਬ ਵਿਖੇ ਪਹੁੰਚ ਜਾਂਦੇ ਨੇ ਨਾ ਕੱਲ ਕੋਈ ਗੁਰਪ੍ਰੋਵ ਹੈ ਨਾ ਕੱਲ ਕੋਈ ਸ਼ੀਦੀ ਦਿਹਾੜਾ ਕੱਲ ਵੀ ਉੱਥੇ ਜਾਂਦੇ ਨੇ ਔਰ ਵੱਡੀਆਂ-ਵੱਡੀਆਂ ਖਬਰਾਂ ਲੱਗਦੀਆਂ ਨੇ ਪੱਗ ਬਨ ਕੇ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹਨਾਂ ਸਾਜ਼ਿਸ਼ਾਂ ਤੋਂ ਯਾਰ ਆਪਾਂ ਅਲਰਟ ਤੇ ਹੋਈਏ ਜੋ ਵੀ ਉੱਥੇ ਹੋਇਆ ਤੇ ਆਪਾ ਦੇ ਪਿੱਛੇ ਤਰਕ ਕੀ ਕੀ ਦਿੱਤੇ ਆਪਣੇ ਅਨਸਾਰ ਹੀ ਆਪਾਂ ਹਿਸਟਰੀ ਬਦਲਣੀ ਸ਼ੁਰੂ ਕਰ ਦਿੱਤੀ ਹੈ ਆਪਣੇ ਅਨਸਾਰ ਹੀ ਆਪਾਂ ਉੱਥੇ ਸਾਰਾ ਕੁਝ ਸੋਚਣਾ ਸ਼ੁਰੂ ਕਰ ਦਿੱਤਾ ਮੈਂ ਸ਼ੁਰੂ ਕਰ ਲੱਗਾ ਵੀ ਜਿੱਥੋਂ ਤੁਸੀਂ ਮਤਲਬ ਉੱਥੇ ਚਾਲੇ ਪਏ ਨੇ ਤੁਸੀਂ ਆਪਣੇ ਪਿੰਡ ਤੋਂ ਤੁਰਿਓ ਆਪਣੀ ਕਾਰ ਦੇ ਵਿੱਚ ਤੇ ਗੁਰੂ ਮਹਾਰਾਜ ਸਾਹਿਬ ਵਾਲੀ ਜਿਹੜੀ ਗੱਡੀ ਸੀ ਪਾਲਕੀ ਸਾਹਿਬ ਵਾਲੀ ਉਹ ਤੁਹਾਡੇ ਅੱਗੇ-ਅੱਗੇ ਜਾਂਦੀ ਹੈ ਜਦੋਂ ਹੀ ਨਾਲੇ ਪਹੁੰਚ ਜਾਂਦੀ ਹੈ ਤੇ ਪਹਿਲਾ ਬੈਰੀਕੇਡ ਜਿਹੜਾ ਪੁਲਿਸ ਪਾਲਕੀ ਨੂੰ ਅੱਗੇ ਨਿਗਾਹ ਦਿੰਦੀ ਹੈ ਗੁਰੂ ਮਹਾਰਾਜ ਦੇ ਸਰੂਪ ਨੂੰ ਤੁਸੀਂ ਪਿੱਛੇ-ਪਿੱਛੇ ਤੁਰੇ ਜਾਂਦੇ ਹੋ ਫੇਰ ਤੁਸੀਂ ਗੁਰੂ ਮਹਾਰਾਜ ਦੇ ਸਰੂਪ ਵਾਲੀ ਗੱਡੀ ਦੇ ਵਿੱਚ ਬੈਠ ਜਾਂਦੇ ਹੋ ਉਹ ਥਾਣੇ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਜਾ ਕੇ ਤੁਸੀਂ ਆਪ ਕੁਰਸੀ ਤੇ ਬੈਠ ਗਏ ਤੇ ਕਈ ਲੋਕ ਜਿਹੜੇ ਉਹ ਕੋਠਿਆ ਦੇ ਉੱਤੇ ਚੜ ਗਏ ਫਿਰ ਅੰਦਰ ਜਾ ਕੇ ਤੁਹਾਡੇ ਆਪਣੇ ਬਣਾਏ ਸੂਲੀ ਤੁਹਾਡੇ ਉੱਤੇ ਲਾਗੂ ਨਹੀਂ ਹੁੰਦੇ ਯਾਰ ਆਪਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਪੰਜਾਬ ਦੇ ਕੁਰਸੀਆਂ ਮੇਜ਼ ਜਿਹੜੇ ਬਜ਼ੁਰਗਾਂ ਲਈ ਰੱਖੇ ਸੀਗੇ ਉਹ ਚਕਾ ਦਿੱਤੇ ਕਈ ਸਾੜ ਦਿੱਤੇ ਗਏ ਜਿਹੜੇ ਲੋਹੇ ਨਾਲ ਬਣੇ ਸੀ ਤੁਸੀਂ ਉਹਨਾਂ ਬਾਰੇ ਕਿਹਾ ਵੀ ਇਹਨਾਂ ਨੂੰ ਸਾੜ ਦੋ ਜਿਹੜਾ ਲੋਹਾ ਹੈ ਢਾਲ ਕੇ ਦੁਬਾਰਾ ਬਣਨਾ ਚਾਹੀਦਾ ਕਿਉਂਕਿ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਲੱਗੀਆਂ ਸੀਗੀਆਂ ਆ ਤੁਸੀਂ ਬਣਾ ਦਿੱਤਾ ਵੀ ਕੋਈ ਮੇਜ਼ ਕੁਰਸੀ ਨਹੀਂ ਲੱਗਣਾ ਚਾਹੀਦਾ ਤੇ ਆਪ ਤੁਸੀਂ ਥਾਣੇ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਬਾਹਰ ਹੈ ਤੇ ਕੁਰਸੀ ਦੇ ਉੱਤੇ ਬੈਠ ਜਾਂਦੇ ਹੋ ਕਿ ਤੁਹਾਡੇ ਸੂਲ ਵੀ ਤੁਹਾਡੇ ਉੱਤੇ ਕੋ ਲਾਗੂ ਨਹੀਂ ਹੁੰਦੇ ਫਿਰ ਤੁਸੀਂ ਕੀ ਕਹਿੰਦੇ ਹੋ ਥਾਣਾ ਕੋ ਮਾਰੀ ਜਗਾ ਨਹੀਂ ਜਿੱਥੇ ਕੋ ਗੁਰੂ ਮਹਾਰਾਜ ਦਾ ਸਰੂਪ ਅਸੀਂ ਲੈ ਗਏ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਥਾਣਾ ਕੋ ਮਾਰੀ ਜਗਾ ਨਹੀਂ ਜਦੋਂ ਥਾਣਿਆਂ 'ਚ ਵੀ ਪਾਠ ਕਰਾਉਂਦੇ ਨੇ ਤੇ ਬੜੀ ਸਾਫ ਸਫਾਈ ਕੀਤੀ ਜਾਂਦੀ ਆ ਕਿਉਂਕਿ ਥਾਣਿਆਂ ਦੇ ਵਿੱਚ ਲਾਨ ਫੜੀ ਹੁੰਦੀ ਆ ਥਾਣਿਆਂ ਦੇ ਵਿੱਚ ਪੁੱਕੀ ਫੜੀ ਹੁੰਦੀ ਆ ਥਾਣਿਆਂ ਦੇ ਵਿੱਚ ਫੀਮ ਪਈ ਹੁੰਦੀ ਆ ਥਾਣੇ 'ਚ ਜਿੰਨਾਂ ਲੋਕਾਂ ਦੇ ਕਤਲ ਹੋ ਜਾਂਦੇ ਨੇ ਉਹਨਾਂ ਦੇ ਵਿਸਰੇ ਪਏ ਹੁੰਦੇ ਜਿਹਦੇ ਵਿੱਚ ਟੱਟੀ ਪਿਸ਼ਾਬ ਤੱਕ ਲਹੂ ਉਹਨਾਂ ਦਾ ਹੁੰਦਾ ਵਾ ਇੱਥੋਂ ਤੱਕ ਉਹ ਚੀਜ਼ਾਂ ਸਾਰੀਆਂ ਹੀ ਉੱਥੇ ਪਈਆਂ ਸੀ ਕਿਸੇ ਨੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਆਜੋ ਪੋਲ ਸਾਲਾ ਜੇ ਗੁਰਦੁਆਰੇ ਦੇ ਵਿੱਚ ਜੁੱਤੀ ਤੇ ਦੂਰ 벨ਟ ਲਾ ਕੇ ਵੀ ਚਲੇ ਜਾਵੇ ਤੇ ਆਪਾਂ ਰੌਲਾ ਪਾ ਦਿੰਨੇ ਵੀ ਬਦਬੀ ਹੋ ਗਈ ਬਦਬੀ ਹੋ ਗਈ ਤੇ ਆਪਾਂ ਗੁਰਦੁਆਰਾ ਸਾਹਿਬ ਹੀ ਚੁੱਕ ਕੇ ਥਾਣੇ ਦੇ ਵਿੱਚ ਲੈ ਗਏ ਆ ਕਿ ਤੁਸੀਂ ਇਹ ਬਿਲਕੁਲ ਮਤਲਬ ਠੀਕ ਕੀਤਾ ਫਿਰ ਤੁਸੀਂ ਆਪਣੀ ਗਲਤੀ ਨੂੰ ਲਕਾਉਣ ਲਈ ਤਰਕ ਆਪਣੀ ਮਰਜ਼ੀ ਦੇ ਅਨਸਾਰ ਦੇ ਰਹੇ ਹੋ ਕਿ ਰਾਜੇ ਮਹਾਰਾਜੇ ਵੀ ਫੌਜਾਂ ਵੀ ਜੰਗ ਦੇ ਅੱਗੇ ਜਿਹੜੇ ਉਹ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਜਾਂਦੀਆਂ ਸੀਗੀਆਂ ਅੰਮ੍ਰਿਤਪਾਲ ਜੀ ਰਾਜੇ ਮਹਾਰਾਜੇ ਗੁਰੂ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਖੜਦੇ ਸੀਗੇ ਫੌਜੀ ਜੰਗਾਂ ਦੇ ਵਿੱਚ ਉਹ ਮਹਾਰਾਜ ਦਾ ਓਟ ਆਸਰਾ ਲੈਣ ਲਈ ਖੜਦੇ ਸੀ ਤੇ ਇੱਕ ਜਗ੍ਹਾ ਤੇ ਸ਼ਸ਼ੋਭਿਤ ਕੀਤਾ ਜਾਂਦਾ ਸੀਗਾ ਨਾ ਕਿ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਬਾਰਡਰ ਵਾਲੀ ਤਾਰ ਦੇ ਕੰਢੇ ਲਈ ਫਿਰਦੇ ਸੀ ਜਿੱਥੇ ਗੋਲੀਆਂ ਚੱਲਦੀਆਂ ਸੀਗੀਆਂ ਜਾਂ ਕੋ ਤੋਪ ਦੇ ਅੱਗੇ ਰੱਖ ਦਿੰਦੇ ਸੀ ਕਿ ਜਿੱਥੇ ਤੋਪਾਂ ਡਿੱਗਣੀਆਂ ਤੇ ਗੋਲੀਆਂ ਆਉਣੀਆਂ ਸੀਗੀਆਂ ਉਹ ਇੱਕ ਜਗ੍ਹਾ ਤੇ ਸ਼ਸ਼ੋਭਤ ਕਰਕੇ ਉੱਥੇ ਮੱਥਾ ਟੇਕ ਕੇ ਓਟ ਆਸਰਾ ਲੈ ਕੇ ਤੇ ਉਹ ਫਿਰ ਜਾਂਦੇ ਸੀਗੇ ਫੇਰ ਆਪਾਂ ਤਰੱਕੀ ਦਿੰਨੇ ਆ ਸੰਤਾ ਮਹਾਂਪੁਰਸ਼ਾਂ ਦੇ ਨਾਂ ਦਾ ਕਿ ਸੰਤ ਕਰਤਾਰ ਸਿੰਘ ਪਿੰਡਰਾਲਿਆ ਨੇ ਸੈਂਤੀ ਨਗਰ ਕੀਰਤਨ ਐਮਰਜੈਂਸੀ ਚ ਕੱਢੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਨਗਰ ਕੀਰਤਨ ਸੀਗਾ ਉਹਨਾਂ ਨੇ ਜੇ ਨਗਰ ਕੀਰਤਨ ਕੰਢੇ ਹੋਣਗੇ ਤੇ ਕੋ ਬੰਦੇ ਛਡਾਉਣ ਲਈ ਨਹੀਂ ਕੱਢੇ ਕੋ ਪਰਚੇ ਰੱਦ ਕਰਾਉਣ ਲਈ ਨਗਰ ਕੀਰਤਨ ਨਹੀਂ ਕੱਢੇ ਗਏ ਕੋ ਨਿੱਜੀ ਮਫਾਦਾਂ ਲਈ ਨਗਰ ਕੀਰਤਨ ਨਹੀਂ ਕੱਢੇ ਗਏ ਫੇਰ ਆਪਾਂ ਹਵਾਲਾ ਦਿੰਨੇ ਆ ਕਿਸਾਨ ਅੰਦੋਲਨ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਉੱਥੇ ਰੱਖਿਆ ਗਿਆ ਸੀਗਾ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਖਿਆਲੋਂ ਉਦੋਂ ਤੇ ਤੁਸੀਂ ਦੁਬਈਓ ਵੀ ਨਹੀਂ ਸੀ ਆਏ ਜਦੋਂ ਕਿਸਾਨ ਅੰਦੋਲਨ ਤੁਰਿਆ ਪਰ ਆਪ ਦੇ ਵਿੱਚ ਉਹ ਗਿਆ ਪੰਜਾਬ ਭਰ ਕੇ ਲੋਕ ਉਹਦੇ ਵਿੱਚ ਗਏ ਆ ਜਦੋਂ ਬੈਰੀਕੇਡ ਤੋੜਦੇ ਗਏ ਉਦੋਂ ਗੁਰੂ ਮਹਾਰਾਜ ਦਾ ਸਰੂਪ ਨਹੀਂ ਲੈ ਕੇ ਗਏ ਜਦੋਂ ਉੱਥੇ ਬਹੁ ਗਿਣਤੀ ਵਿੱਚ ਪਹੁੰਚ ਗਏ ਜਦੋਂ ਉੱਥੇ ਉਹਨਾਂ ਨੂੰ ਪਤਾ ਸੀਗਾ ਕਿ ਲੰਮਾ ਸਮਾਂ ਇੱਥੇ ਰਹਿਣਾ ਵਾ ਤੇ ਫੇਰ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਆ ਉੱਥੇ ਸशोਭਿਤ ਕੀਤਾ ਗਿਆ ਤੇ ਜਿਹੜੇ ਸਿੱਖ ਸੀਗੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਲੋਕ ਸਾਰੇ ਗੁਰੂ ਨੂੰ ਮੰਨਣ ਵਾਲੇ ਸੀ ਕਈਆਂ ਦੀ ਰੋਜ਼ ਦੀ ਸ਼ਰਧਾ ਹੁੰਦੀ ਆ ਉਹਨਾਂ ਕਰਕੇ ਉਹ ਰੋਜ਼ ਉੱਥੇ ਉਹ ਮੱਥਾ ਟੇਕਦੇ ਸੀਗੇ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲਦੇ ਸੀਗੇ ਔਰ ਮੋਰਚਾ ਵੀ ਫਤਿਹ ਕਰਕੇ ਆਏ ਅੱਗੇ ਆਓ ਤੁਸੀਂ ਜੀਰਾ ਫੈਕਟਰੀ ਦਾ ਹਵਾਲਾ ਦਿੱਤਾ ਕਿ ਜੀਰਾ ਫੈਕਟਰੀ ਦੇ ਵਿੱਚ ਪਹਿਲੇ ਦਿਨੀ ਗੁਰੂ ਮਹਾਰਾਜ ਦਾ ਸਰੂਪ ਅੱਗੇ ਲਾ ਲਿਆ ਗਿਆ ਸੀਗਾ ਤਿੰਨ ਚਾਰ ਵਾਰੀ ਡਾਂਗਾ ਖਾਧੀਆਂ ਲੋਕਾਂ ਨੇ ਉੱਥੇ ਉਸ ਤੋਂ ਬਾਅਦ ਜਦੋਂ ਪੱਕਾ ਮੋਰਚਾ ਲੱਗਾ ਫੇਰ ਜੀਰੇ ਦੇ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਹੋ ਸ਼ਸ਼ੋਭਿਤ ਕੀਤਾ ਗਿਆ ਇਹਨਾਂ ਚੀਜ਼ਾਂ ਦੇ ਨਾਲ ਤੁਲਨਾ ਨਾ ਕਰੋ ਤੇ ਨਾ ਹੀ ਝੂਠੇ ਜਿਹੜੇ ਉਹ ਤਰਕ ਦਿਓ ਹਾਂ ਜੇ ਤੁਹਾਡੇ ਕੋਲੋ ਗਲਤੀ ਹੋਈ ਆ ਵੱਡੇ-ਵੱਡੇ ਕੋਲ ਹੁੰਦੀ ਆ ਸਾਡੇ ਕੋਲੋ ਵੀ ਹੁੰਦੀ ਆ ਅਸੀਂ ਤਾਂ ਛੋਟੇ ਜਿਹੇ ਆ ਔਰ ਗਲਤੀ ਨੂੰ ਮੰਨ ਲੈਣਾ ਚਾਹੀਦਾ ਔਰ ਸੰਗਤ ਤੁਹਾਨੂੰ ਪਰਵਾਣ ਵੀ ਕਰੂਗੀ ਜੇ ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਦੀ ਗੱਲ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਹੀ ਲੈਣਾ ਸੀਗਾ ਤੇ ਫਿਰ ਗੁਰਦੁਆਰਾ ਸਾਹਿਬ ਤੇ ਨਾਲੇ ਵੀ ਹੈਗਾ ਸੀਗਾ ਉੱਥੇ ਹੀ ਅਰਦਾਸ ਜਿਹੜੀ ਬੇਨਤੀ ਕਰ ਲੈਂਦੇ ਟਕਸਾਲ ਦੇ ਵਿੱਚ ਵੀ ਗੁਰੂ ਮਹਾਰਾਜ ਦਾ ਸਰੂਪ ਸੀਗਾ ਉੱਥੇ ਤੁਸੀਂ ਆਪਣੀ ਅਰਦਾਸ ਬੇਨਤੀ ਕਰ ਲੈਂਦੇ ਕਿ ਉੱਥੇ ਗੁਰੂ ਮਹਾਰਾਜ ਦੇ ਸਰੂਪ ਸੇਮ ਨਹੀਂ ਕਿ ਜਿਹੜਾ ਮਤਲਬ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਤੁਹਾਡੇ ਨਾਲ ਪਾਲਕੀ ਦੇ ਵਿੱਚ ਸੀਗਾ ਉਹਦੇ ਵਿੱਚ ਕੋਈ ਵੱਖਰੀ ਬਾਣੀ ਤੇ ਨਹੀਂ ਕਿ ਆਪਣੇ ਨਾਲ ਨਾਲ ਸਿਰਫ ਇਹੀ ਮਹਾਰਾਜ ਦਾ ਸਰੂਪ ਚੱਲਣਾ ਚਾਹੀਦਾ ਸਰੂਪ ਤੇ ਇੱਕ ਹੀ ਆ ਨਾ ਯਾਰ ਫਿਰ ਜੇ ਭਰਾਵਾ ਤੂੰ ਸੱਚਾ ਸਿੱਖ ਸੀਗਾ ਫਿਰ ਤੂੰ ਪੁਲਿਸ ਨੂੰ ਕਹਿੰਦਾ ਕਿ ਯਾਰ ਆ ਮੇਰੇ ਨਾਲ ਗੁਰੂ ਮਹਾਰਾਜ ਦਾ ਸਰੂਪ ਹੈ ਇਹਨੂੰ ਮੈਨੂੰ ਗੁਰਦੁਆਰਾ ਸਾਹਿਬ ਜਾਂ ਟਕਸਾਲ ਦੇ ਵਿੱਚ ਸ਼शोਭਿਤ ਕਰ ਆਉਣ ਦਿਓ ਤੇ ਫੇਰ ਆਪਾਂ ਦੋ ਦੋ ਹੱਥ ਕਰ ਲੈਨੇ ਆ ਫੇਰ ਆਪਾਂ ਲੜ ਲੈਨੇ ਆ ਤੇ ਫੇਰ ਆਪਾਂ ਨੂੰ ਵੀ ਪਤਾ ਹੋਣਾ ਸੀਗਾ ਵੀ ਕੀ ਹੱਥ ਬਣਨੇ ਸੀਗੇ ਤੇ ਕੀ ਉੱਥੇ ਹਸ਼ਰ ਹੋਣਾ ਸੀਗਾ ਇਹ ਇਹ ਤਰਕ ਕੋ ਚੰਗੇ ਨਹੀਂ ਕੱਲ ਨੂੰ ਕੋਈ ਗੈਂਗਸਟਰ ਰੇਪਿਸਟ ਗੁਰੂ ਮਹਾਰਾਜ ਦਾ ਸਰੂਪ ਰੱਖ ਕੇ ਗੱਡੀ ਦੇ ਵਿੱਚ ਉਹ ਸੂਬਾ ਛੱਡਣ ਦੀ ਤਿਆਰੀ ਕਰ ਲੂਗਾ ਪੁਲਿਸ ਨੂੰ ਪਤਾ ਹੋਊਗਾ ਤੇ ਪੁਲਿਸ ਨੂੰ ਹੱਥ ਵੀ ਨਹੀਂ ਪਾ ਸਕਦੀ ਇਹੋ ਜਿਹਾ ਤਰੀਕਾ ਤੁਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਹੋ ਯਾਰ ਕੱਲ ਨੂੰ ਮੰਨ ਲਓ ਮੇਰੇ ਘਰ ਕਿਸੇ ਦੇ ਘਰ ਵੀ ਕੋਈ ਬੰਦਾ ਲੜਨ ਆ ਜਾਂਦਾ ਕਿਸੇ ਨੂੰ ਮਾਰਨ ਆ ਜਾਂਦਾ ਤੇ ਕਦੀ ਕੋ ਆਪਣੇ ਪਿਓ ਨੂੰ ਵੀ ਅੱਗੇ ਕਰਦਾ ਵੀ ਇਹ ਪਹਿਲਾਂ ਮੇਰੇ ਪਿਓ ਨੂੰ ਗੋਲੀ ਵੱਜ ਜਾਵੇ ਜਾਂ ਪਹਿਲਾਂ ਮੇਰੇ ਪਿਓ ਨੂੰ ਕੁੱਟ ਲਓ ਜਾਂ ਇਹਦੇ ਗੱਲ ਪੈਜੋ ਇਹ ਗੁਰੂ ਮਹਾਰਾਜ ਦਾ ਸਤਕਾਰ ਨਹੀਂ ਹੈ ਇਹ ਬਾਪ ਦਾ ਸਤਕਾਰ ਨਹੀਂ ਹੈ ਇਹ ਬੁਝਦਲੀ ਹੁੰਦੀ ਹੈ ਫਰਕ ਸਿਰਫ ਇਹ ਹੈ ਕਿ ਲੋਕ ਤੁਹਾਡੇ ਨਾਲ ਜਿਹੜੀ ਗੁਰੂ ਸਾਹਿਬ ਦੀ ਪਾਲਕੀ ਚੱਲਦੀ ਸੀਗੀ ਤੁਹਾਨੂੰ ਗਲਤਫਹਿਮੀ ਆ ਤੈਨੂੰ ਭਰਾਵਾ ਜਿਹੜੀ ਪਾਲਕੀ ਚੱਲਦੀ ਸੀ ਲੋਕ ਉਹਦਾ ਸਤਕਾਰ ਕਰ ਰਹੇ ਸੀਗੇ ਲੋਕ ਉਹਦੇ ਅੱਗੇ ਆਪਣਾ ਜਿਹੜਾ ਸਿਰ ਨਵਾ ਰਹੇ ਸੀਗੇ ਤੇ ਜਿਹਦੇ ਹੰਕਾਰ ਚ ਤੂੰ ਇਹ ਸਮਝ ਲਿਆ ਕਿ ਲੋਕ ਮੇਰੇ ਅੱਗੇ ਸਿਰ ਨਵਾ ਰਹੇ ਨੇ ਤੇ ਪੁਲਿਸ ਮੇਰੇ ਕੋਲੋਂ ਡਰ ਗਈ ਆ ਇਹੋ ਜੀ ਕੋ ਡਰਨ ਵਾਲੀ ਗੱਲ ਨਹੀਂ ਹੈਗੀ ਜਦੋਂ ਭਜਦਿਆਂ ਨੂੰ ਵਾਣ ਇੱਕੋ ਜਿਹੇ ਨੇ ਜਦੋਂ ਤੁਸੀਂ ਕਿਸੇ ਦੇ ਥਾਣੇ ਦੇ ਉੱਤੇ ਹੀ ਪੈ ਗਏ ਤੇ ਉਹਨਾਂ ਕੋਲ ਇਹ ਆਜ ਥੋੜੀ ਕਰਨਾ ਸੀਗਾ ਫਿਰ ਹੰਕਾਰ ਆਪਣੇ ਵਿੱਚ ਕਿੰਨਾ ਕੁੱਟ-ਕੁੱਟ ਕੇ ਭਰਿਆ ਮੈਂ ਤੁਹਾਡੀਆਂ ਕਈ ਬਾਈਟ ਸੁਣਦਾ ਪੱਤਰਕਾਰਾਂ ਨੂੰ ਹੈ ਹੈ ਕਰਕੇ ਆਪਾਂ ਗੱਲਾਂ ਕਰਦੇ ਆ ਮਾਈਕ ਮੇਰੇ ਦੰਦਾ ਤੇ ਨਾ ਮਾਰ ਦਿਓ ਮੈਂ ਤੈਨੂੰ ਪੱਤਰਕਾਰਾਂ ਬਾਰੇ ਦੱਸਾਂ ਤੇਰੇ ਮੇਰੇ ਅਰਗੇ ਕਈ ਆਏ ਨਾ ਹੰਡਾ ਕੇ ਉਹ ਸੁੱਟ ਤੇ ਤੇ ਮੁੜ ਕੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਤੁਸੀਂ ਉਸ ਦਿਨ ਵੀ ਕਿਹਾ ਵੀ ਮਾਈਕ ਮੇਰੇ ਦੰਦਾ ਨੂੰ ਨਾ ਮਾਰਿਓ ਇਹ ਸ਼ੋਭਾ ਦਿੰਦੀਆਂ ਏ ਡੇਡੇ ਵੱਡੇ ਕੌਮ ਦੇ ਆਗੂ ਨੂੰ ਇਹ ਗੱਲਾਂ ਕੱਲ ਤੁਹਾਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ ਕੀ ਉਹਨਾਂ ਦਾ ਪਤਾ ਲੈਣ ਜਾਓਗੇ ਤੇ ਹੰਕਾਰ ਆਪਣੇ ਸਿਰ ਤੇ ਚੜ ਕੇ ਬੋਲਦਾ ਸੀਗਾ ਹਾਂ ਮੈਂ ਜਾਊਂਗਾ ਟਾਈਮ ਲੱਗੂਗਾ ਮੈਨੂੰ ਪਤਾ ਕਰਨ ਕਿਤੇ ਉਹ ਬਾਜੀ ਨਾ ਜਾਣ ਵੀ ਇਧਰ ਨੂੰ ਫੇਰ ਆ ਗਿਆ ਵਾ ਆ ਹੰਕਾਰ ਆ ਯਾਰ ਤੁਹਾਡੇ ਅੱਗੇ ਆ ਹੰਕਾਰ ਹੈ ਤੁਹਾਡੇ ਮਨ ਦੇ ਵਿੱਚ ਮੈਂ ਤੁਹਾਨੂੰ ਕਹਿੰਨਾ ਤੁਹਾਡੇ ਅੱਗੇ ਨਹੀਂ ਭੱਜੇ ਉਹ ਗੁਰੂ ਮਹਾਰਾਜ ਦੇ ਅੱਗੇ ਭੱਜੇ ਆ ਗੁਰੂ ਮਹਾਰਾਜ ਦੇ ਡਰ ਤੋਂ ਭੱਜੇ ਆ ਗੁਰੂ ਮਹਾਰਾਜ ਦੇ ਭੈ ਤੋਂ ਭੱਜੇ ਆ ਗੁਰੂ ਮਹਾਰਾਜ ਦੀ ਸ਼ਰਦਾ ਤੋਂ ਭੱਜੇ ਆ ਫਿਰ ਤੁਸੀਂ ਕੀ ਕਹਿੰਦੇ ਹੋ ਬਾਰ-ਬਾਰ ਰੋਜ਼ ਹੀ ਤੁਹਾਨੂੰ ਸੁਣੀਦਾ ਕਿ ਅਸੀਂ ਗੁਲਾਮ ਆ ਇਹ ਕਿਹੜੀ ਗੁਲਾਮੀ ਆ ਯਾਰ ਇੱਕ ਐਸਪੀ ਦਾ ਸਿਰ ਪਾੜ ਦਿਓ ਪੁਲਿਸ ਵਾਲਿਆਂ ਦੀਆਂ ਪੱਗਾਂ ਲਾ ਦਿਤੀਆਂ ਉਹਨਾਂ ਨੂੰ ਕਿਰਪਾਨਾਂ ਲੈ ਕੇ ਪੈ ਗੇ ਥਾਣੇ ਦੇ ਉੱਤੇ ਕਬਜ਼ਾ ਕਰ ਲਿਆ ਐਸਐਸਪੀ ਨਾਲ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਉਹਦੇ ਸਿਰ ਦੇ ਉੱਤੇ ਹਥਿਆਰਾਂ ਦੀ ਛਾਂ ਕਰਕੇ ਬੈਠੇ ਹੋ ਇਹ ਕਿਹੋ ਜੀ ਗੁਲਾਮੀ ਆ ਯਾਰ ਮੈਨੂੰ ਤੇ ਸਮਝ ਨਹੀਂ ਆਈ ਵੀ ਹੋਰ ਵੀ ਕਿਸੇ ਮੁਲਕ ਦੇ ਵਿੱਚ ਇਤਰਾਹ ਹੁੰਦਾ ਵਾ ਤੇ ਮੈਨੂੰ ਹੈਰਾਨੀ ਪੁਲਿਸ ਤੇ ਵੀ ਆਉਂਦੀ ਆ ਤੇ ਨਮੋਸ਼ੀ ਵੀ ਆਉਂਦੀ ਆ ਕਿ ਪੰਜਾਬ ਦੇ ਵਿੱਚ ਆਮ ਬੰਦੇ ਦੀ ਜਾਂ ਗਰੀਬ ਦੀ ਫੇਸਬੁੱਕ ਦੇ ਉੱਤੇ ਕਿਤੇ ਨਕਲੀ ਤਿਆਰ ਨਾਲ ਵੀ ਫੋਟੋ ਆ ਜਾਂਦੀ ਸੀ ਤੇ ਉਹਦੇ ਉੱਤੇ ਝਟ ਜਿਹੜਾ ਉਹ ਪਰਚਾ ਦਰਜ ਕੀਤਾ ਜਾਂਦਾ ਸੀਗਾ ਇੱਥੇ ਐਸਐਸਪੀ ਦੇ ਸਿਰ ਦੇ ਉੱਤੇ ਬੰਦੂਕਾਂ ਲੜਾਈਆਂ ਜਾ ਰਹੀਆਂ ਐਸਐਸਪੀ ਦੇ ਸਿਰ ਦੇ ਉੱਤੇ ਬੰਦੂਕਾਂ ਦੀ ਛਾਂ ਕੀਤੀ ਆ ਤੇ ਕੋਈ ਪਰਚਾ ਹੀ ਨਹੀਂ ਦਿੱਤਾ ਤੇ ਸਗੋਂ ਪਹਿਲੇ ਪਰਚੇ ਵੀ ਰੱਦ ਕਰਨ ਦੀਆਂ ਉੱਥੇ ਪ੍ਰੈਸ ਦੇ ਵਿੱਚ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਵਾ ਇਹ ਧਮਕੀਆਂ ਉਤੋਂ ਧਮਕੀਆਂ ਲਾਈਆਂ ਜਾ ਰਹੀਆਂ ਕਿ ਜਿਨ੍ਹਾਂ ਜਿਨ੍ਹਾਂ ਨੇ ਸੱਟਾਂ ਲਾਈਆਂ ਜਾਂ ਜਿਨ੍ਹਾਂ ਨੂੰ ਲੱਗੀਆਂ ਜੇ ਸਾਡੇ ਉੱਤੇ ਦੁਬਾਰਾ ਪਰਚਾ ਦਰਜ ਕਰਕੇ ਵਿਖਾਇਓ ਅਸੀਂ ਦੁਬਾਰਾ ਇਹੋ ਜਿਹਾ ਕੰਮ ਕਰਾਂਗੇ ਇਹ ਕਿਹੋ ਜੀ ਗੁਲਾਮੀ ਆ ਅਮਰਤਪਾਲ ਸਿੰਘ ਇਹਨੂੰ ਗੁਲਾਮੀ ਕਹਿੰਦੇ ਆ ਯਾਰ ਸੋ ਮੇਰੀ ਤੈਨੂੰ ਬੇਨਤੀ ਆ ਕਿ ਪ੍ਰਮਾਤਮਾ ਤੈਨੂੰ ਅਕਲ ਵੀ ਦਵੇ ਤੁਮੀ ਥੋੜਾ ਜਿਹਾ ਅਕਲ ਤੋਂ ਕੰਮ ਲਓ ਔਰ ਪੰਜਾਬ ਦੇ ਹੋਰ ਮੁੱਦਿਆਂ ਲਈ ਬੜੇ ਧਰਨੇ ਲਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਇਹਦਾ ਲੱਕ ਟੁੱਟਾ ਪਿਆ ਵਾ ਪੰਜਾਬ ਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ ਹੋਰ ਬਹੁਤ ਸਾਰੇ ਲੋਕਾਂ ਦੇ ਉੱਤੇ ਜਾਲੀ ਪਰਚੇ ਦਿੱਤੇ ਜਾਂਦੇ ਨੇ ਅਮੀਰਾਂ ਵੱਲੋਂ ਸਰਕਾਰਾਂ ਵੱਲੋਂ ਆਪਾਂ ਉਹਨਾਂ ਦੀ ਲੜਾਈ ਜਿਹੜੀ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀਗੀ ਸੋ ਆਪਣੇ ਆਪ ਕੋਈ ਹੌਸਲੇ ਤੋਂ ਕੰਮ ਲਓ ਜੇ ਲੋਕਾਂ ਨੇ ਤੁਹਾਨੂੰ ਸ਼ੋਭਾ ਦਿੱਤੀ ਏਡੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਆਗੂ ਮੰਨਿਆ ਤੇ ਫਿਰ ਕੌਮ ਦੇ ਤੇ ਪੰਜਾਬ ਦੇ ਭਲੇ ਲਈ ਆਪਾਂ ਕੰਮ ਕਰੀਏ ਜੇ ਦੂਜੀ ਚੀਜ਼ ਮੈਂ ਸਰਕਾਰ ਨੂੰ ਤੇ ਪੁਲਿਸ ਨੂੰ ਵੀ ਇਹ ਸਲਾਹ ਦੇਣਾ ਚਾਹੁੰਦਾ ਕਿ ਇਸ ਘਟਨਾ ਕਰਮ ਦੇ ਵਿੱਚ ਪੁਲਿਸ ਨੇ ਜੋ ਭੂਮਿਕਾ ਨਿਭਾਈ ਆ ਉਹ ਬਹੁਤ ਵਧੀਆ ਸੀਗੀ ਡੀਜੀ ਨੇ ਵਧੀਆ ਜਿਹੜਾ ਗਾਈਡ ਕੀਤਾ ਆਪਣੀ ਫੋਰਸ ਨੂੰ ਪਰ ਇਹਦੇ ਨਾਲ ਨਾਲ ਜੋ ਸੂਬੇ ਦਾ ਨੁਕਸਾਨ ਹੋਇਆ ਅਮਨ ਸ਼ਾਂਤੀ ਦਾ ਇਨਵੈਸਟਮੈਂਟ ਦਾ ਉਹਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਡੀਜੀ ਦੀ ਤੇ ਪੰਜਾਬ ਸਰਕਾਰ ਦੀ ਬਣਦੀ ਉਹਦਾ ਫਰਜ਼ ਬਣਦਾ ਨਹੀਂ ਤੇ ਕੱਲ ਨੂੰ ਇੱਥੇ ਕਿਸੇ ਨੇ ਕੋਈ ਇਨਵੈਸਟ ਨਹੀਂ ਕਰਨਾ ਇਹ ਨਾ ਹੋਵੇ ਕੱਲ ਤੋਂ ਜੇ ਕਿਸੇ ਨੇ ਕੋ ਪਰਚਾ ਦਰਜ ਕਰਾਉਣਾ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਜਾਣਗੇ ਜੇ ਕਿਸੇ ਤੇ ਪਰਚਾ ਜਾਲੀ ਦਰਜ ਹੋ ਗਿਆ ਤੇ ਉਹ ਆਪਣੀਆਂ ਇਨਕੁਆਰੀਆਂ ਲਾਉਣ ਲਈ ਅਮਰਤਪਾਲ ਕੋਲ ਜਾਇਆ ਕਰਨਗੇ ਉਹ ਅਫਸਰਾਂ ਨੂੰ ਫੋਨ ਕਰਿਆ ਕਰੂਗਾ ਵੀ ਇਹਨੂੰ ਕੱਢ ਦਿਓ ਤੇ ਇਹਨੂੰ ਪਾ ਦਿਓ ਤੇ ਜੇ ਕਿਸੇ ਨੇ ਪੰਜਾਬ ਦੇ ਵਿੱਚ ਕੋ ਯੂਨਿਟ ਵੀ ਲਾਉਣਾ ਕੋ ਇਨਵੈਸਟ ਵੀ ਕਰਨਾ ਤੇ ਉਹ ਤੁਹਾਡੇ ਨਾਲੋਂ ਪਹਿਲਾਂ ਉਹਨੂੰ ਅਮਰਤਪਾਲ ਕੋਲੋਂ ਐਨਓਸੀ ਜਿਹੜੀ ਲੈਣੀ ਪਿਆ ਕਰੂਗੀ ਇਹੋ ਜਿਹਾ ਮਾਹੌਲ ਸੂਬੇ ਦੇ ਵਿੱਚ ਨਾ ਕਰੀਏਟ ਕੀਤਾ ਜਾਵੇ ਜੋ ਘਾਟਾ ਸੂਬੇ ਨੂੰ ਪਿਆ ਜੋ ਡਰਵ ਪਾਰੀਆਂ ਦੇ ਮਨ ਤੇ ਜਾਂ ਆਮ ਲੋਕਾਂ ਦੇ ਮਨ ਤੇ ਉੱਤੇ ਫੈਲਿਆ ਜਾਂ ਛਾਇਆ ਉਹਨੂੰ ਦੂਰ ਕਰਨਾ ਵੀ ਸਰਕਾਰ ਦਾ ਫਰਜ ਹੈ ਇਹਦੇ ਨਾਲ ਨਾਲ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਡੀਜੀ ਦੇ ਉੱਤੇ ਸਵਾਲ ਚੁੱਕੇ ਨੇ ਜਿਹੜਾ ਗੌਰਵ ਯਾਦਵ ਦੇ ਉੱਤੇ ਕਿ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੇ ਡੀਜੀ ਦੀਆਂ ਲੱਤਾਂ ਪਾਰ ਨਹੀਂ ਚਲਦੀਆਂ ਵਿਕਰਮ ਮਜੀਠੀਆ ਕਹਿ ਰਹੇ ਸੀ ਮੈਂ ਮਜੀਠੀਆ ਸਾਹਿਬ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਕਿ ਪਿਛਲੇ ਦਿਨਾਂ ਤੋਂ ਮੈਂ ਤੁਹਾਨੂੰ ਵੀ ਸੁਣ ਰਿਹਾ ਵਧੀਆ ਬੋਲ ਰਹੇ ਹੋ ਪੰਜਾਬ ਦੇ ਮੁੱਦਿਆਂ ਤੇ ਪਰ ਕਿਤੇ ਨਾ ਕਿਤੇ ਸਿਆਸਤ ਇਹੋ ਜੇ ਸੈਂਸਿਟਿਵ ਮੁੱਦਿਆਂ ਦੇ ਉੱਤੇ ਛੱਡ ਦੇਣੀ ਚਾਹੀਦੀ ਆ ਤੁਸੀਂ ਕਹਿ ਰਹੇ ਹੋ ਕਿ ਜੇ ਡੀਜੀ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਤੇ ਸਾਨੂੰ 2 ਮਿੰਟ ਦੇ ਦੇ ਦਵੇ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਜਿਨੇ ਦੇਸ਼ ਦਾ ਮਾਹੌਲ ਖਰਾਬ ਕਰਨਾ ਜਾਂ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰੂਗਾ ਤੇ ਜੇ ਇੰਨਾ ਹੀ ਦਰਦ ਹੈ ਮਜੀਠੀਆ ਸਾਹਿਬ ਤੁਹਾਡੇ ਅੰਦਰ ਤੇ ਫਿਰ ਡੀਜੀਪੀ ਤੋਂ ਆਰਡਰ ਲੈਣ ਦੀ ਕੀ ਲੋੜ ਹੈ ਫਿਰ ਜੇ ਹੈਗਾ ਦਮ ਤੇ ਬੰਦੇ ਦਾ ਪੁੱਤ ਬਣਾ ਦਿਓ 100 100 ਗਨਮੈਨ ਲੈ ਕੇ ਤੁਸੀਂ ਹੋਟਲਾਂ ਚ ਪ੍ਰੈਸ ਕਾਨਫਰੰਸ ਕਰਦੇ ਹੋ ਔਰ ਉੱਥੇ ਕਹਿੰਦੇ ਹੋ ਕਿ ਪਹਿਲੀ ਗੋਲੀ ਮੈਂ ਖਾਊਂਗਾ ਜੇ ਚੱਲੂਗੀ ਤੇ ਫਿਰ ਆਪਾਂ ਤੁਰੇ ਕਿਉਂ ਨਹੀਂ ਅਜ ਨਾਲੇ ਵਾਲ ਨੂੰ ਤੁਸੀਂ ਕੀ ਚਾਹੁੰਦੇ ਸੀਗੇ ਕਿ ਡੀਜੀ ਇਹੋ ਜਿਹਾ ਮਾਹੌਲ ਕ੍ਰੀਏਟ ਕਰਦਾ ਤੁਹਾਡੇ ਵੇਲੇ ਜਿੱਤਰਾ ਫਾਇਰਿੰਗ ਕੀਤੀ ਸੀਗੀ ਪਹਿਲਾਂ ਬੇਦਵੀ 84 ਚ ਹੋਈ ਫਿਰ ਤੁਹਾਡੇ 2015 ਚ ਹੋਈ ਤੇ ਤੀਜੀ ਹੋਣਾ ਜਾਂਦੀ ਤੇ 15 ਸਾਲ ਆਪਾਂ ਇਸੇ ਦੇ ਉੱਤੇ ਰਾਜਨੀਤੀ ਕਰਦੇ ਵੀ ਸਾਡੇ ਵੇਲੇ ਹੋਈ ਸੀ ਤੇ ਇਹਨਾਂ ਵੇਲੇ ਵੀ ਤੇ ਉਹਦੇ ਬਦਲੇ ਲੋਕ ਤੁਹਾਨੂੰ ਸੱਤਾ ਚ ਲਿਆਉਂਦੇ ਸੋ ਰਾਜਨੀਤੀ ਇਹਨਾਂ ਮੁੱਦਿਆਂ ਦੇ ਉੱਤੇ ਨਹੀਂ ਕਰਨੀ ਚਾਹੀਦੀ ਚੰਗੇ ਮੁੱਦਿਆਂ ਤੇ ਬੋਲੋ ਲੋਕ ਤੁਹਾਡੇ ਨਾਲ ਜੁੜਨਾ ਵੀ ਸ਼ੁਰੂ ਹੋ ਜਾਣਗੇ ਮੈਂ ਤੁਹਾਨੂੰ ਫਿਰ ਕਹਿਣਾ ਕਿ ਤੁਹਾਡੇ ਇਕੱਲਿਆਂ ਦੀ ਗੱਲ ਨਹੀਂ ਹੈ ਕਈ ਸ਼ੇਵਸਨ ਵਾਲੇ ਰੋਜ਼ ਢੀਂਗਾ ਮਾਰਦੇ ਨੇ ਕਿ ਦੇਸ਼ ਪ੍ਰੇਮ ਦੇਸ਼ ਲਈ ਮਰ ਜਾਗੇ ਦੇਸ਼ ਲਈ ਜੀ ਪਾਂਗੇ 40 40 ਗਨਮੈਨ ਸਰਕਾਰ ਨੇ ਤੁਹਾਨੂੰ ਦਿੱਤੇ ਨੇ ਕਰੋੜਾ ਕਰੋੜਾ ਰੁਪਈਆ ਦਾ ਖਰਚਾ ਹੁੰਦਾ ਫਿਰ ਉਧਰ ਉਧਰ ਨੂੰ ਤੁਰੇ ਕਿਉਂ ਨਹੀਂ ਫਿਰ ਹਾ ਦਾ ਨਾਹਰਾ ਕਿਉਂ ਨਹੀਂ ਮਾਰਿਆ ਪੰਜਾਬ ਲਈ ਸੋ ਇਹੋ ਜਿਹੇ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸੈਂਸਿਟਿਵ ਮੁੱਦੇ ਨੇ ਔਰ ਮੈਂ ਰਹਿ ਨਹੀਂ ਸਕਿਆ ਬਿਮਾਰ ਹੋਣ ਦੇ ਬਾਵਜੂਦ ਵੀ ਮੈਂ ਇਹਦੇ ਤੇ ਬੋਲਣਾ ਜ਼ਰੂਰ ਚਾਹੁੰਦਾ ਸੀਗਾ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਹੋ ਜਿਹੇ ਨਾਜ਼ੁਕ ਮੁੱਦਿਆਂ ਦੇ ਉੱਤੇ ਇੱਕ ਦੂਜੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਅਖੀਰ 'ਚ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਆਪਣੀ ਗੱਲ ਦੀ ਕਿ ਸਾਰਿਆਂ ਨੂੰ ਰੱਬ ਸਮਤ ਬਖਸ਼ੇ ਔਰ ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਉਹ ਬਣੀ ਰਹੇ ਕਿ ਮੂੰਹ ਆਈ ਬਾਤ ਨਾ ਰਹਿੰਦੀ ਐ ਝੂਠ ਆੱਖਾਂ ਕੁਝ ਬਚਦਾ ਐ ਸੱਚ ਆੱਖਾਂ ਭੰਬੜ ਮੱਚਦਾ ਐ ਦੋਹਾ ਗੱਲਾਂ ਤੋਂ ਜੀ ਜੱਚਦਾ ਐ ਜੱਚ ਜੱਚ ਜੀਬਾ ਕਹਿੰਦੀ ਐ ਮੂੰਹ ਆਈ ਬਾਤ ਨਾ